अच्छा यार, सब्जियां बढ़िया महंगी हो गई, अल्लाह रहमत करे इंशाल्लाह। की हालात होए पे यार, गरीब बंदे का जीना हराम होया इतने। अच्छा सब्जी आप प्याज वेख ना, डालर के हिसाब के नाल हो गया 250 रुपये किलो हो गया। इधर ना तो बंदा डालर रख लवे इतने, प्याज ना रखे। चलो ये भी वैसे आइटम है, जरूरत है, प्याज हांडी च पैंदा। हूँ कोई गाहक अच्छा यहाँ आई हो, कोई सब्जी सवेर के बैठे दो तीन गाहक आए हैं। अच्छा कोई नहीं, अल्लाह खैर करे, इहदा पता करदे आ। अस्सलाम वालेकुम जी। वालेकुम सलाम जी। ओए ओ सॉरी, तेरा दिमाग ठीक है? हां हां जी, हां जी भाई, हां जी हां जी भाई, मुंह खराब कर भाई, होश कर, बूटी पीती है? नहीं नहीं भाई, हां जी हां जी, हुक्म भाई। हां हुक्म की है भाई? सब्जी ताजा सब्जी। हां ओ भाई, मैं ट्राली ला के मिट्टी दी। नहीं नहीं, कट्टा पिया सी ना, मैं कहा शायद तुसी ओ मन देखे नहीं है। कट्टा तेरी सब्जी ते पिया, कट्टा ते सब्जी तो थोड़ा या परे होवो ना तुसी भी परे हो। मैं कहा पता नहीं कीड़े पै गए नाल। ओए इनू पहले रख लो भाई, इनू रख ला किते, रख ला। हां जी भाई, ए की भाई की किलो आ बताऊं? 80 रुपए किलो भाई। ते अपना ए शलजम, शलजम 50 रुपए किलो। ते भाई टींडे, टींडे 70 रुपए किलो। आलू अपने को है? हाँ जी पे है, देखो ये खाने का है। ओए ओए तेरा दिमाग ठीक है? मैं है देखो आलू, स्पेशल आलू ओथे रखे ने, मेरे ने आलू पा दी। हाँ जी हाँ जी, दसो आलू भी तो को है, लहसुन भी होना? हाँ जी लहसुन भी है, धनिया भी हैगा, धनिया भी है, घर आगे हैगी? हाँ जी घर आगे हैगी। हाँ जी आगे हैगी। ਯਾ ਪਕ ਸਬਜ਼ੀ ਲਿਆ ਪਕਾ ਕੇ ਯਾਰ, ਬੜੀ ਭੁੱਖ ਲੱਗੀ ਹੈ। ਤੂੰ ਘਰੋਂ ਭੁੱਖ ਆਇਆ ਬਣ? ਉਹਨਾਂ ਨੇ ਮੈਂ ਹਾਂਜੀ ਜ਼ਾਇਕਾ ਚੈੱਕ ਕਰਨਾ ਚਾਹ ਰਿਹਾ ਕਿ ਮੈਨੂੰ ਪਤਾ ਲੱਗੇ ਕਿ ਇਹ ਤਾਜ਼ਾ ਜਾਂ ਬਈ ਲੈ ਕੇ ਆਇਆ। ਇਹ ਭਾਈ ਤੁਸੀਂ ਹੋਟਲ ਤੇ ਆਏ ਕਿ ਸਬਜ਼ੀ ਲੈਣ ਆਏ? ਦੱਸੋ ਪਹਿਲੇ ਯਾਰ, ਸਬਜ਼ੀ ਲਾਈ ਏ? ਮੈਨੂੰ ਵੀ ਪਤਾ ਸਬਜ਼ੀ ਲਾਈ ਏ। ਹਾਂਜੀ ਕਿ ਬੰਦਾ ਕੋਈ ਚੈੱਕ ਨਹੀਂ ਕਰ ਸਕਦਾ ਯਾਰ? 500 ਰੁਪਇਆ ਹੈਗਾ? ਹਾਂਜੀ ਕੀ ਕਰ ਦਿਓ, ਮੈਂ ਪਕਾ ਕੇ ਦੇ ਦਿੰਦਾ ਤੁਹਾਨੂੰ, ਤੁਸੀਂ ਲੈਣਾ ਕੀ ਹੈ ਦੱਸੋ। ਉਹ ਦੱਸ ਦਿੰਦੇ ਆ, ਤੈਨੂੰ ਏਡੀ ਕਾਹਲੀ ਕਿਉਂਕਿ ਤੂੰ ਚੱਲਾ ਲੈ ਕੇ ਦੁਕਾਨ? ਨਹੀਂ ਨਹੀਂ ਚੱਲਣਾ ਨਹੀਂ, ਮੈਂ ਇਦਾਂ ਦਾ ਗਾਹਕ ਇੱਕ ਹੋਰ ਆ ਗਿਆ, ਮੇਰੀ ਤੇ ਸ਼ਾਮ ਪੈ ਜਾਣੀ। ਸ਼ਾਮ ਪੈ ਜਾਣੀ ਯਾਰ, ਪਹਿਲੇ ਅਸੀਂ ਰੇਟ ਪੁੱਛਾਂਗੇ ਤੇ ਫਿਰ ਤੇਰੇ ਕੋਲ ਲਵਾਂਗੇ। ਤੁਹਾਡੇ ਸਾਹਮਣੇ ਚੀਜ਼ਾਂ ਅੱਜ ਕੱਲ ਮਹਿੰਗਾਈ ਨਹੀਂ ਤੇ ਅੱਗ ਲਾਈ ਪਈ ਆ। ਹਾਂਜੀ ਹਾਂਜੀ, ਤੇ ਆਪਣਾ ਪੈਨ ਖੈਰ ਹੋ, ਮੈਨੂੰ ਸਬਜ਼ੀ ਚੈੱਕ ਕਰ ਲੈਣ ਦਿਓ। ਹੈ ਕੀ ਹੈ ਭਾਜੀ? ਇਹ ਮੂਲੀ ਪੈਨ ਹੈ? ਅੱਖਾਂ ਨਵੀਆਂ ਬਣਵਾਈਆਂ? ਨਹੀਂ ਨਹੀਂ, ਮੂਲੀ ਹੈ। ਮੂਲੀ ਹੈ? ਹਾਂਜੀ ਮੈਨੂੰ ਉਹ ਮੂਲੀ, ਉਹ ਨਹੀਂ ਮੈਂ ਚੈੱਕ ਕਰ ਰਿਹਾ ਸੀ, ਤਾਜ਼ਾ ਤੇ ਬੜੀ ਢਿੱਲੀ। ਹਾਂਜੀ ਹਾਂਜੀ ਹਾਂ, ਇਹ ਦੇਖਿਆ ਇਦਾਂ ਵੱਜਦੀ ਹੈ, ਇਹ ਮੂਲੀ ਹੈ, ਇਹ ਡੰਡਾ। ਪਲੀਜ਼ ਕਰ, ਇਧਰ ਇਧਰ ਆ, ਆਲੂ ਨਾ ਫੇਦਣਾ, ਇਧਰ ਆਇਓ। ਨਹੀਂ ਨਹੀਂ ਆਲੂ ਮੈਂ ਨਹੀਂ ਫੇਦਣਾ ਯਾਰ। ਹਾਂਜੀ ਹਾਂਜੀ ਭਾਜੀ, ਆ ਪਿਆਜ਼ ਇਹ ਕੀ ਕਿਲੋ ਜੀ? ਇਹ 250 ਰੁਪਏ ਕਿਲੋ। 250 ਰੁਪਏ? ਕੋਈ ਨਹੀਂ, ਅੱਛਾ ਅੱਛਾ, ਮੈਂ ਨਾ ਕੀ ਕਰ ਰਿਹਾ? ਉਹ ਮੈਂ ਚੈੱਕ ਕਰ ਰਿਹਾ ਕਿ ਜੇਬ 'ਚ ਆ ਜਾਂਦਾ। ਚੈੱਕ ਕਰ ਲੈਂਦੇ ਆ, ਹੁਣੀ ਚੈੱਕ ਕਰ ਲੈਂਦੇ, ਕਿਰਚਾ ਜੇਬ 'ਚੋਂ ਕੱਢ ਯਾਰ। ਯਾਰ ਮੈਂ ਚੱਲਾ ਭਾਈ, ਉਹ ਭਾਈ ਇਹ ਡਾਲਰ ਦੇ ਮੁਤਾਬਕ ਹੋਇਆ, ਕੀ ਹੋਇਆ? ਹੈ ਆ ਪਿਆਜ਼ ਜਿਹੜਾ ਤੂੰ ਰੱਖਿਆ ਨਾ, 100 ਰੁਪਏ ਦਾ ਇੱਕ ਹੈ ਆ ਜਿਹੜਾ, ਹਾਂ ਇਹਦੇ ਨਾਲ ਪੂਰੀ ਹਾਂਡੀ ਪੱਕ ਜਾਂਦੀ। ਆਹ ਜੀ ਵੀ ਥੱਲੇ ਸਿੱਟੇ ਹੀ ਆ, ਮੇਰੀ ਜੇਬ 'ਚ ਸਿੱਟ ਦੇ। ਸੁੱਟ ਦੇ ਆ ਤੇਰੇ, ਦੋ ਨਾ ਸੁੱਟਾਂ। ਖੈਰ ਯਾਰ ਤੂੰ ਸਭ ਲੈਣਾ ਕੀ ਆ ਤੂੰ ਯਾਰ, ਪਹਿਲੇ ਸਾਨੂੰ ਪਸੰਦ ਤੇ ਕਰ ਲੈ ਫੇਰ ਹੀ ਲਵਾਂਗੇ। ਦੱਸੋ ਮੈਂ ਇੱਥੇ ਮੈਂ ਕਿਹਾ ਵੈਸੇ ਭਾਜੀ ਆ ਕਿਉਂ ਤੁਸੀਂ ਮਹਿੰਗਾ ਕੀਤਾ ਜੀ? ਹਾਂਜੀ ਉਹ ਪੈਨ ਡਾਲਰ ਵਾਲਿਆਂ ਦੀ ਮੇਰੇ ਸਿਰ ਲੱਗੀ ਆ, ਉਹ ਡਾਲਰ ਘਟਾ ਦੇਣ, ਮੈਂ ਪਿਆਜ਼ ਘਟਾ ਦੇਣਾ। ਜੋ ਤੁਸੀਂ ਡਾਲਰ ਦੀ ਬੂਟੀ ਦਿੰਦੇ ਹੋ? ਨਹੀਂ ਨਹੀਂ ਬੂਟੀ ਨਹੀਂ, ਇਹ ਪਿਆਜ਼ ਅੱਜ ਕੱਲ੍ਹ ਮਹਿੰਗਾ ਬਹੁਤ ਆ। ਇਹ ਕਿਉਂ ਮਹਿੰਗਾ? ਪਿੱਛੋਂ ਸਲਾਬ ਆਇਆ ਸੀ ਨਾ ਜਿਹੜਾ, ਉਹਦੀ ਵਜ੍ਹਾ ਤੋਂ ਪਿਆਜ਼ ਆ ਨਹੀਂ ਰਿਹਾ। ਸਲਾਬ ਆਏ ਨੂੰ 6 ਮਹੀਨੇ ਹੋ ਗਏ, ਤੁਸੀਂ ਤੇ ਆਪਣੇ ਰੇਟ ਕਿਤੇ ਪੈਨ 6 ਮੈਂ ਕਹਿੰਦਾ ਕੋਈ ਸਸਤਾ ਕਰ ਲੈ ਯਾਰ। ਸਸਤਾ ਕਰ ਲੈਂਦੇ, ਅੰਦਰੋਂ ਜੇ ਪਾੜੀ ਹੈ, ਰੱਖ ਤੇ ਰੱਖ, ਉਹ ਪਿਆਜ਼ ਕੱਢ ਭਾਈ, ਪਿਆਜ਼ ਰੱਖਿਆ ਨਹੀਂ ਹੈ। ਕੀ ਕੱਢਣਾ? ਮੈਂ ਇਸ ਲਈ ਤੇਰੇ ਮਾਰਦਾ ਨਹੀਂ, ਮੈਨੂੰ ਇੱਥੇ ਸਟੂਰ ਰੱਖਣਾ ਪੈਣਾ ਤੇਰੇ ਮਾਰਨ ਵਾਸਤੇ, ਰੱਖ ਇੱਥੇ। ਯਾਰ ਤੈਨੂੰ ਅਸੀਂ ਪੈਸੇ ਵਟਾ ਕੇ ਜਾਵਾਂਗੇ, ਪੈਸੇ ਵਟਾਵਾਂਗੇ, ਦੱਸੋ ਇੱਥੇ ਕੀ ਲੈਣਾ, ਦੱਸੋ ਮੈਨੂੰ, ਮੈਂ ਦਿੰਦਾ ਤੁਹਾਨੂੰ। ਉਹ ਮੈਂ ਚੈੱਕ ਕਰ ਰਿਹਾ ਸੀ ਜੇਬ 'ਚ ਆ ਜਾਂਦਾ। ਚੈੱਕ ਕਰ ਲੈਂਦੇ ਹਾਂ, ਜੇਬਾਂ ਵੱਡੀਆਂ ਹੀ ਲਾਈਆਂ ਤੁਸੀਂ, ਕੋਈ ਨਹੀਂ। ਵੈਸੇ ਭਾਜੀ ਆਹ ਪਿਆਜ਼ ਨਹੀਂ ਸਹੀ ਹੈਗਾ, ਹੈਂ ਆਹ ਪਿਆਜ਼ ਨਹੀਂ ਸਹੀ ਹੈਗਾ। ਪਿਆਜ਼ ਸਹੀ ਆ, ਸਾਰੇ ਸਹੀ ਆ, ਰੱਖੋ ਇੱਥੇ, ਤੁਸੀਂ ਨਹੀਂ ਮੈਨੂੰ ਸਹੀ ਲੱਗਦੇ, ਸੁਬਾ ਸੁਬਾ ਆਏ ਕਿੱਥੋਂ ਘਰੋਂ ਆਏ? ਆਹੋ ਸਬਜ਼ੀ ਲੈਣੀ, ਬੱਚੇ ਕਹਿੰਦੇ ਸਬਜ਼ੀ ਖਾਣੀ ਹੈ ਤੇ ਮੈਂ ਕਿਹਾ ਜਾ ਆਪ ਹੀ ਲਿਆ ਨਾ। ਹਾਂਜੀ ਹਾਂਜੀ, ਵੈਸੇ ਤੁਸੀਂ ਮੈਨੂੰ ਨਾ ਹਾਂਜੀ ਹਾਂਜੀ ਬੜੇ ਅੱਛੇ ਲੱਗੇ ਹੋ, ਹੈ ਹਾਂਜੀ, ਅਲਹਮਦੁਲਿਲਾ, ਸ਼ੁਕਰ। ਮੈਂ ਕਹਿੰਦਾ ਕਿ ਯਾਰ ਤੁਹਾਡੇ ਉਹ ਰੱਖ, ਓਏ ਰੱਖ ਇੱਥੇ, ਤੈਨੂੰ ਅਸਰ ਹੀ ਨਹੀਂ ਹੁੰਦਾ ਪਿਆ, ਉਹ ਤੈਨੂੰ ਪਤਾ ਨਹੀਂ ਲੱਗਣ ਦਿਆ। ਕੀ ਪਤਾ ਨਹੀਂ ਲੱਗ? ਉਹ ਮੈਨੂੰ ਛੋਟਾ ਸਮਝ ਕੇ ਖਾਈ ਜਾਂਦਾ ਜੀ ਨਾ। ਯਾਰ ਮੈਂ ਆਪਣੇ ਭਰਾ ਨੂੰ ਬੁਲਾ ਲਿਆ ਨਾ, 3 ਵਜਣੀਆਂ ਤੇਰੇ, ਚੌਥੀ ਲੈਣੀ ਨਹੀਂ ਤੂੰ ਪਰੇ। ਆਸਾ ਬੋਲੀ ਯਾਰ, ਤੇ ਅਸੀਂ ਤੇ ਕੁਝ ਸਮਾਨ ਲੈਣਾ, ਤੂੰ ਸਾਨੂੰ ਦੁੱਕੇ ਮਾਰ ਲੈਣਾ ਆ ਕਿ ਮੈਨੂੰ ਤੰਗ ਕਰਨ ਆਇਆ? ਸਵੇਰੇ ਸਵੇਰੇ ਇੱਧਰ ਦੇਖ ਕੇ ਬੱਚਾ ਆ ਗਿਆ, ਮੈਂ
ਉਹ ਭਈਆ ਯਾਰ ਕੀ ਤੈਨੂੰ ਕੀ ਲੈਣਾ ਦੱਸ ਦੇ ਮੈਨੂੰ ਮੈਂ ਤੈਨੂੰ ਦੇ ਦਿੰਦਾ ਕੀ ਲੈਣਾ ਕੀ ਕੱਲ ਵੀ ਸਾਡੇ ਮਹੱਲੇ 'ਚ ਮੈਂ ਬੰਦੇ ਕੋ ਮੂਲੀ ਲਈ ਤੇ ਮੈਨੂੰ ਉਹਨਾਂ ਕੋੜੀ ਦੇ ਗਿਆ ਮੈਂ ਚੈੱਕ ਕਰ ਰਿਹਾ ਸੀ ਮਿੱਠੀ ਆ ਤੇ ਬੋਤ ਅੱਜ ਵੀ ਉੱਥੋਂ ਲੈ ਲੈਣੀ ਸੀ ਇੱਥੇ ਕਿਉਂ ਆਇਆ ਚਲੋ ਮੈਂ ਕਿਹਾ ਤੁਹਾਨੂੰ ਪੈਸੇ ਵਟਾ ਦਈਏ ਪੈਸੇ ਵਟਾਉਂਦੇ ਆ ਵੈਸੇ ਇਹਦਾ ਡਾਲਰ ਨਾਲ ਕੀ ਇਹਦਾ ਮਸਲਾ ਬਣਿਆ ਹੈ ਯਾਰ ਮਸਲਾ ਇਹ ਡਾਲਰ ਤਾਂ ਜਾਈ ਆ ਰਿਹਾ ਨਾ ਨਹੀਂ ਮੈਂ ਪਿਆਜ਼ ਹੀ ਲੈਣਾ ਯਾਰ ਪਿਆਜ਼ ਕਿੰਨਾ ਲੈਣਾ ਦੱਸੋ ਪਿਆਜ਼ ਤੇ ਕੋ ਲੈਣਾ ਕੋ ਪਹਿਲੇ ਰੇਟ ਫਾਈਨਲ ਕਰ ਲਈਏ ਚਲੋ ਦੱਸੋ ਪਹਿਲੇ ਲੈਣਾ ਕਿੰਨਾ ਦੱਸੋ ਲੈਣਾ ਕਿੰਨਾ ਵਾ ਹੈ ਲੈ ਲੈਨੇ ਆ ਉਹ ਕੀ ਪਿਆ ਜੀ ਉਹ ਹਾਂਜੀ ਪਾਇਨ ਇਹਨੂੰ ਹਾਂਜੀ ਹਾਂਜੀ ਕੀ ਭਾਜੀ ਘਰ ਆਂਡਾ ਰੱਖ ਕੇ ਆਏ ਕਿ ਪਿਆਜ਼ ਲੈਣਾ ਉਹਦੇ ਨਾਲ ਆਂਡੇ ਉਹਨੇ ਨਹੀਂ ਮੇਰੇ ਖਾਜ ਹੋ ਰਹੀ ਸੀ ਮੈਂ ਕੀ ਭਾਜੀ ਰੱਖ ਦਿੱਤਾ ਉਹ ਖਾਈ ਕਰਦੇ ਆ ਮੈਂ ਯਾਰ ਕੱਢ ਦੇ ਯਾਰ ਕੀ ਭਾਜੀ ਕੱਢਦਾ ਨਹੀਂ ਆ ਤੂੰ ਉਹ ਮੈਂ ਕਰਦਾ ਭਾਈ ਛੋਟੀ ਨਾ ਮੈਂ ਰੱਖ ਪਿਆਜ਼ ਰੱਖ ਰੱਖ ਦੇਣਾ ਰੱਖ ਇੱਧਰ ਰੱਖ ਇੱਧਰ ਆ ਕਿੱਧਰ ਨੂੰ ਭਾਜੀ ਇੱਧਰ ਆ ਹਾਂਜੀ ਤੇਰਾ ਪਿਆਜ਼ ਤੇ ਮਿੰਟ ਬਾਅਦ ਹੱਥ ਸੈੱਟ ਹੋਇਆ ਇੱਧਰ ਆਇਆ ਲੈਦਾ ਆਂਡਾ ਤੇ ਉੱਥੇ ਘਰ ਪਿਆ ਵਾ ਤੂੰ ਪਿਆਜ਼ ਲੈਣ ਆ ਗਿਆ ਭਾਜੀ ਪਿਆਜ਼ ਮਹਿੰਗਾ ਬਹੁਤ ਆ ਬੰਦਾ ਕਰੇਗੀ ਮਹਿੰਗਾ ਤੇ ਹੈ ਬਾਕੀ ਲੈਣਾ ਕੀ ਤੂੰ ਮੈਨੂੰ ਇਹ ਦੱਸ ਪਿਆਜ਼ ਕਿੰਨਾ ਕੁ ਲੈਣਾ ਪਿਆਜ਼ ਲੈਣਾ ਯਾਰ ਤੇਰਾ ਰੇਟ ਬਹੁਤ ਆ ਰੇਟ ਵੀ ਕਰ ਲੈਂਦੇ ਤੂੰ ਪਹਿਲੇ ਦੱਸ ਕਿੰਨਾ ਪਿਆਜ਼ ਲੈਣਾ ਪਿਆਜ਼ ਕਿੰਨਾ ਲੈਣਾ ਵਾ ਲੈ ਲਾਂਗੇ ਕਿੰਨਾ ਤੂੰ ਰੇਟ ਤੇ ਘਟਾ ਉਹ ਰੇਟ ਘਟਾਉਂਦੇ ਦੱਸ ਪਹਿਲੇ ਮੈਨੂੰ ਦੱਸੇਂਗਾ ਤੇ ਰੇਟ ਘਟਾਵਾਂਗਾ ਮੈਂ ਪਹਿਲੇ ਰੇਟ ਘਟਾਵਾਂ ਤੂੰ ਕਵੇਂ ਆ ਸਾਰੇ ਹੀ ਤੋਲ ਦੇ ਤੇ ਕੀ ਕਿਲੋ ਕੀ ਦੇ ਰਿਆ ਮੈਂ 250 ਰੁਪਏ ਕਿਲੋ 250 ਰੁਪਏ ਹਾਂ ਬਹੁਤ ਰੇਟ ਆ ਯਾਰ ਮੈਂ ਕਹਿੰਦਾ ਘਟਾ ਲਾ ਮੈਂ ਭਾਵਾਂ ਸਾਰੇ ਹੀ ਲੈ ਜਾਵਾਂ ਅੱਛਾ ਸਾਰੇ ਹੀ ਦੇ ਦਿੰਦੇ ਲੈਣਾ ਆ ਜਿੰਨਾ ਤੂੰ ਘਟਿਆ ਨਾ ਹਾਂ ਉਹਨਾਂ ਘਟਾ ਲਾ ਇੰਨਾ ਹੀ ਘਟਾ ਦਿੰਦੇ ਤੂੰ ਰੇਟ ਕਿੰਨਾ ਲੈਣਾ ਕਿੰਨਾ ਵਾ ਹਾਂ ਲੈ ਲਾਂ 5 ਕਿਲੋ 10 ਕਿਲੋ ਰੇਟ ਬਹੁਤ ਆ ਪਹਿਲੇ ਘਟਾ ਓਏ ਬਾਪਟਾ ਦੀ ਤਾਂ ਮੈਨੂੰ ਨਹੀਂ ਰੇਟ ਤੇਰਾ ਬਹੁਤ ਜ਼ਿਆਦਾ ਵਾ ਯਾਰ ਉਹ ਬਾਟਾ ਦੀ ਦੁਕਾਨ ਤੇ ਆਇਆ ਤੂੰ ਨਹੀਂ ਨਹੀਂ ਮੈਂ ਵੇ ਭਾਜੀ ਕੀ ਹੋ ਗਿਆ ਇੱਧਰ ਆਇਆ ਮੈਂ ਹੱਥ ਆ ਸੋਟੀ ਮਾਰ ਕੇ ਫਾਲੇ ਹੋਏ ਨਾ ਇੱਧਰ ਆਇਆ ਆ ਤੋੜ ਦੇਣੀ ਮੈਂ ਤੇਰੀ ਬਾਹ ਕਿਹੜੀ ਆ ਇੱਧਰ ਲਈ ਦੱਸ ਰੇਟ ਕਿੰਨਾ ਪਹਿਲੇ ਮੈਨੂੰ ਇੱਧਰ ਆ ਭਾਜੀ ਡਾਲਰ ਨਾਲ ਦਾ ਕੀ ਮਸਲਾ ਤੁਸੀਂ ਬਣਾਇਆ ਹੈ ਡਾਲਰ ਅਮਰੀਕਾ ਦਾ ਵਾ ਹੈ ਰਹਿ ਅਸੀਂ ਪਾਕਿਸਤਾਨ ਚ ਰਹੇ ਹਾਂ ਪਾਕਿਸਤਾਨ ਚ ਡਾਲਰ ਨਹੀਂ ਚੱਲਦਾ ਪਾਕਿਸਤਾਨ ਡਾਲਰ ਨਹੀਂ ਚੱਲਦਾ ਡਾਲਰ ਹੁਣ ਤਾਂ ਜਾ ਰਿਹਾ ਨਾ ਇਹਨੂੰ ਵੀ ਤਾਂ ਚੱਲ ਜਾਣਾ ਜੋ ਡਾਲਰ ਨੇ ਥਾਂ ਆਣਾ ਇਹਨੇ ਵੀ ਥਾਂ ਆਣਾ ਜਦੋਂ ਤੁਸੀਂ ਇਹਨੂੰ ਤਾਂ ਲੈ ਕੇ ਜਾਣਾ ਵੀ ਜੇ ਤਾਂ ਹੀ ਚੱਲ ਜਾਣਾ ਤੇ ਮੈਨੂੰ ਦੇ ਦੋ ਮੈਂ ਆਪਣੇ ਘਰ ਲੈ ਜਾਣਾ ਆ ਥੋੜੀ ਦੇਰ ਦਾ ਬਾਅਦ ਮੇਰੇ ਕੋ ਤੂੰ ਤਾਂ ਚੱਲ ਜਾਣਾ ਮੇਰੇ ਕੋ ਵੀ ਤੂੰ ਤਾਂ ਜਿੱਦਾਂ ਦੇ ਹਾਲਾਤ ਤੇਰੇ ਰੇਟ ਘਟਾਓ ਪਿਆਜ਼ ਉਹ ਰੇਟ ਘਟਾਉਂਦੇ ਆ ਕਿੰਨਾ ਲੈਣਾ ਵਾ ਯਾਰ ਤੂੰ ਦੱਸ ਪਿਆਜ਼ ਲੈਣਾ ਹੋਰ ਇਸ ਤੋਂ ਇਲਾਵਾ ਕੀ ਲੈਣਾ ਪਿਆਜ਼ ਹੀ ਲੈਣਾ ਮੈਨੂੰ ਯਾਰ ਕਿੰਨਾ ਲੈਣਾ ਲੇਕਿਨ ਮਹਿੰਗਾ ਬਹੁਤ ਆ ਉਹ ਮਹਿੰਗਾ ਕਿੰਨਾ ਕਿ 250 ਰੁਪਏ ਕਿਲੋ ਮਹਿੰਗਾ ਹੋਰ ਕਿੰਨਾ ਕਿ ਮਹਿੰਗਾ ਆ ਸਾਰ ਜਦੋਂ ਸਵੇਰ ਸਵੇਰ ਅਸੀਂ ਨਮਾਜ਼ ਪੜ੍ਹ ਕੇ ਜਾਂਦੇ ਨਾ ਮੰਨੀ ਸਾਨੂੰ ਹੱਥ ਨਹੀਂ ਲਾਣ ਦਿੰਦਾ ਤੂੰ ਤੇ 3 ਵਾਰੀ ਹੱਥ ਲਾ ਰਿਹਾ ਸਾਨੂੰ ਪਤਾ ਕਿੰਨੇ ਉਹ ਉੱਥੇ ਹੋ ਹੱਥ ਲਾ ਨਹੀਂ ਦਿੰਦੇ ਕਿਉਂ ਪਿਆਜ਼ ਦੁਖਦਾ ਪਿਆਜ਼ ਦੁਖਦਾ ਨਹੀਂ ਆ ਮੇਰੇ ਮੈਂ ਕਹਿੰਦਾ ਸੋਟੀ ਨਾ ਮਾਰੀ ਯਾਰ ਅਸੀਂ ਤੇਰੇ ਗਾਹਕ ਆਏ ਆ ਉਹ ਗਾਹਕ ਆਏ ਆ ਸਵੇਰ ਸਵੇਰ ਮੇਰੇ ਮੱਥੇ ਲੱਗਣਾ ਸੀ ਤੂੰ ਤੇ ਬੰਦਾ ਦੁਕਾਨਦਾਰ ਦੇ ਮੱਥੇ ਲੱਗਦਾ ਹੋਰ ਕੀ ਇੱਥੇ ਇੱਟਾਂ ਦੇ ਮੱਥੇ ਲੱਗੇ ਹੁੰਦਾ ਜੀ ਆ ਜਦੋਂ ਸਵੇਰ ਸਵੇਰ ਜਾਈਦਾ ਨਾ ਕਿਹੜੀ ਸਵੇਰ ਸਵੇਰ ਭਾਜੀ ਦੇਖੋ ਕਿੰਨੀ ਧੁੱਪ ਚੜੀ ਪਈ ਤੁਸੀਂ ਸਵੇਰ ਧੁੱਪ ਚੜੀ ਜਦੋਂ ਸਵੇਰ ਸਵੇਰ ਮੰਡੀ ਜਾਈਦਾ ਨਾ ਤੇ ਤੁਸੀਂ ਨਾ ਜਾਓ ਮੰਡੀ ਮੰਡੀ ਨਾ ਜਾਈਏ ਤਾਂ ਫਿਰ ਸਬਜ਼ੀ ਕੌਣ ਲਿਆਵੇ ਤੂੰ ਲਿਆਣੀ ਆ ਮੈਂ ਕਿਉਂ ਲੈ ਕੇ ਆਉਣੀ ਮੇਰੀ ਦੁਕਾਨ ਆ ਤੇ ਫਿਰ ਕਿਉਂ ਨਾ ਜਾਈਏ ਮੰਡੀ ਤੁਸੀਂ ਇਹ ਮੈਂ ਕਹਿੰਦਾ ਕੋਈ ਦੱਸੋ ਕੀ ਕਰਨਾ ਇਹਦਾ ਚਲ ਆ ਦੇ ਦੇ ਯਾਰ ਆ ਸਹੀ ਹੈ ਤੇ ਪਤਾ ਕਿੰਨੇ ਦਾ ਵਾ 50 ਰੁਪਏ ਦਾ ਕਿੰਨੇ ਦਾ 50 ਰੁਪਏ ਦਾ ਓਏ ਆ ਫੜ ਯਾਰ ਆ ਕੀ ਦੇ ਦਿੰਦੇ ਆ ਉਹ ਮੈਂ ਆਂਡਾ ਇੱਕ ਬਣਾਣਾ ਵਾ ਤੇ ਮੈਂ ਕਿਹਾ ਚੱਲ ਇਹਦੇ ਨਾਲ ਬਣ ਜਾਏਗਾ ਆ ਪਿਆਜ਼ ਦਾ ਕਿਉਂ ਆ ਪਿਆਜ਼ ਤੇ ਦਹਾ ਇੱਕ ਮਿੰਟੇ ਉਹ ਦਹਾ ਦੇ ਨਾ ਆ ਦੇਖੋ ਨਾ ਓਏ ਆ ਪਿਆਜ਼ ਦਹਾ ਦਾ ਆ ਵੀ ਪੈਸੇ ਵੀ ਫੜਾ ਹਾਲ ਕੀ ਕਰਨ ਲੱਗੇ ਹੋ ਹਾਲ ਚੱਲ ਲੈ ਯਾਰ ਦੇਖ ਇੱਕ ਜਾ ਕੇ ਮਿੱਟੀ 'ਚ ਦਬ ਦਵਾਂ ਆ ਪਿਆਜ਼ 50 ਰੁਪਏ ਦਾ ਤੈਨੂੰ ਮੈਂ 10 ਰੁਪਏ ਜੀ ਦੇਣਾ ਤੇ ਕੀ ਹੋ ਗਿਆ ਯਾਰ ਜੀ ਅਸੀਂ ਤੈਨੂੰ ਕਹਿ ਦਿੱਤਾ